ਬਸ ਜੀ ਅਸੀਂ ਸ਼ੁਕਰਾਨਾ ਕਰਨ ਪਹੁੰਚੇ ਹਾਂ ਕਿਉਂਕਿ ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਨੇ। ਸੋ ਜਦੋਂ ਵੀ ਮੌਕਾ ਮਿਲਦਾ ਜ਼ਰੂਰ ਪਹੁੰਚਦੇ ਹਾਂ। ਅੱਜ ਵੀ ਦਰਸ਼ਨ ਨਵਾਂ ਬਹੁਤ ਕੁਛ ਚੱਲੀ ਜਾ ਰਿਹਾ, ਤੁਸੀਂ ਸਾਰੇ ਦੇਖ ਲੈਂਦੇ ਹੋ ਜਦੋਂ ਆ ਜਾਂਦਾ। ਸ਼ੁਕਰ ਆ ਦਾ, ਬਸ ਉਹਦਾ ਸ਼ੁਕਰਾਨਾ ਕਰਨ ਲਈ ਆਏ ਅਸੀਂ ਸਾਰੇ ਪਰਿਵਾਰ ਦੇ ਨਾਲ। ਥੈਂਕ ਯੂ ਸੋ ਮੱਚ ਸਾਰੇ ਮੀਡੀਆ ਦਾ, ਥੈਂਕ ਯੂ। ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਹਾਂ, ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ, ਜਿਹਦਾ ਜਿੱਦਾਂ ਦਿਲ ਕਰਦਾ ਉਹ ਕਰੀ ਜਾ ਰਿਹਾ। ਥੈਂਕ ਯੂ। ਬਸ ਜੀ ਜਿਹਦੇ ਦਿਲ 'ਚ ਜਿੱਦਾਂ ਜਿੱਦਾਂ ਦਾ ਚਾਹ, ਅਸੀਂ ਗਏ ਹਾਂ ਉੱਧਰ ਹੋਲੇ ਮਹੱਲੇ 'ਤੇ, ਸਾਡਾ ਪ੍ਰੋਗਰਾਮ ਸੀਗਾ, ਬਹੁਤ ਸੰਗਤ ਪਹੁੰਚੀ ਆਪਣਾ ਆਨੰਦਪੁਰ ਸਾਹਿਬ, ਅਤੇ ਬਹੁਤ ਲੋਕਾਂ ਦੇ ਵਿੱਚ ਸ਼ਰਧਾ ਦੇਖੀ ਅਸੀਂ ਰਸਤੇ ਦੇ ਵਿੱਚ, ਥਾਂ ਥਾਂ 'ਤੇ ਲੰਗਰ ਲੱਗੇ ਹੋਏ ਸੀਗੇ। ਸੋ ਇਹ ਗੁਰੂ ਦੇ ਰੰਗ ਨੇ, ਸਾਰਿਆਂ ਨੂੰ ਆਨੰਦ ਲੈਣਾ ਚਾਹੀਦਾ ਅਤੇ ਸੁੱਖ ਸਬੀਲੀ, ਕੋਈ ਵੀ ਦਿਨ ਤਿਉਹਾਰ ਆ ਸੁੱਖ ਸਬੀਲੀ ਮਨਾਉਣੇ ਚਾਹੀਦੇ ਨੇ, ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ, ਏਕਤਾ ਦੇ ਵਿੱਚ ਬਰਕਤ ਹੈ, ਏਕਾ ਬਣਾ ਕੇ ਰੱਖੋ, ਬਸ ਮੈਂ ਤਾਂ ਇਹੀ ਕਹੂੰਗੀ। ਥੈਂਕ ਯੂ ਸੋ ਮੱਚ, ਥੈਂਕ ਯੂ। ਹਾਂਜੀ ਹਾਂਜੀ, ਪਰਿਵਾਰ ਦੇ ਨਾਲ ਆਏ ਹਾਂ ਜੀ, ਮੱਥਾ ਟੇਕਣਾ ਹੈ, ਸ਼ੁਕਰਾਨਾ ਕਰਨਾ ਹੈ ਮਾਲਕ ਦਾ, ਬਹੁਤ ਕੁਛ ਦਿੱਤਾ ਮਾਲਕ ਨੇ। ਹਾਂਜੀ, ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ, ਅਤੇ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ, ਖੁਸ਼ੀਆਂ ਨਾਲ ਆਈਏ, ਫਿਰ ਹੋਰ ਵੀ ਜ਼ਿਆਦਾ ਖੁਸ਼ੀ, ਉਸ ਮਾਲਕ ਨੇ ਸਾਰਾ ਕੁਛ ਬਖਸ਼ਿਆ, ਸੋ ਉਹਦਾ ਸ਼ੁਕਰਾਨਾ ਕਰਨਾ ਬਣਦਾ। ਸੋ ਨਾਲ ਮਾਤਾ ਜੀ ਆਏ ਨੇ, ਹਸਬੈਂਡ ਆਏ ਨੇ, ਸੋ ਸਾਰਾ ਪਰਿਵਾਰ ਆਇਆ, ਦੀਦੀ ਭਾਅ ਜੀ ਆਏ ਨੇ, ਗੁਰਲੇਸ ਦੀਦੀ, ਸੋ ਸਾਰੇ ਪਰਿਵਾਰ ਦੇ ਨਾਲ ਆਏ ਹਾਂ, ਬਹੁਤ ਖੁਸ਼ੀ ਵਾਲੀ ਗੱਲ ਹੈ। ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ ਜੀ, ਬਹੁਤ ਵਧੀਆ ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ। ਹਾਂਜੀ, ਸਰੋਤਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੇ, ਇਸੇ ਤਰ੍ਹਾਂ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਹੁਣ ਤੱਕ ਸਪੋਰਟ ਕਰਦੇ ਹੋ। ਬਸ ਜੀ, ਮੈਂ ਵੀ ਗੁਰਲੇਸ ਉਹਨਾਂ ਦੇ ਨਾਲ ਹੀ ਆਇਆ, ਸਾਰੇ ਪਰਿਵਾਰ ਦੇ ਨਾਲ ਆਏ ਹਾਂ, ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਹਾਂ, ਔਰ ਤੁਹਾਡਾ ਸਾਰਿਆਂ ਦਾ ਥੈਂਕ ਯੂ, ਹਮੇਸ਼ਾ ਹੀ ਤੁਸੀਂ ਮੀਡੀਆ ਵਾਲੇ ਜਦੋਂ ਵੀ ਆਉਂਦੇ ਪਹੁੰਚਦੇ ਹਾਂ ਔਰ ਕਵਰ ਕਰਦੇ ਹਾਂ ਤੁਸੀਂ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਬਸ ਜੀ ਅਸੀਂ ਸ਼ੁਕਰਾਨਾ ਕਰਨ ਪਹੁੰਚੇ ਹਾਂ ਕਿਉਂਕਿ ਸਾਰੇ ਸੁੱਖ ਵਾਹਿਗੁਰੂ ਦੇ ਦਿੱਤੇ ਹੋਏ ਨੇ। ਸੋ ਜਦੋਂ ਵੀ ਮੌਕਾ ਮਿਲਦਾ ਅਸੀਂ ਜ਼ਰੂਰ ਪਹੁੰਚਦੇ ਹਾਂ। ਅੱਜ ਵੀ ਦਰਸ਼ਨ ਨਵਾਂ ਬਹੁਤ ਕੁਛ ਚੱਲੀ ਜਾ ਰਿਹਾ, ਤੁਸੀਂ ਸਾਰੇ ਦੇਖ ਲੈਂਦੇ ਹੋ ਜਦੋਂ ਆ ਜਾਂਦਾ। ਸ਼ੁਕਰ ਆ ਦਾ, ਬਸ ਉਹਦਾ ਸ਼ੁਕਰਾਨਾ ਕਰਨ ਲਈ ਆਏ ਅਸੀਂ ਸਾਰੇ ਪਰਿਵਾਰ ਦੇ ਨਾਲ। ਥੈਂਕ ਯੂ ਸੋ ਮੱਚ ਸਾਰੇ ਮੀਡੀਆ ਦਾ, ਥੈਂਕ ਯੂ। ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਹਾਂ, ਮੈਂ ਆਪਣੇ ਕੰਮ ਨਾਲ ਮਤਲਬ ਰੱਖਦੀ, ਜਿਹਦਾ ਜਿੱਦਾਂ ਦਿਲ ਕਰਦਾ ਉਹ ਕਰੀ ਜਾ ਰਿਹਾ। ਥੈਂਕ ਯੂ। ਬਸ ਜੀ ਜਿਹਦੇ ਦਿਲ 'ਚ ਜਿੱਦਾਂ ਜਿੱਦਾਂ ਦਾ ਚਾਹ, ਅਸੀਂ ਗਏ ਹਾਂ ਉੱਧਰ ਹੋਲੇ ਮਹੱਲੇ 'ਤੇ, ਸਾਡਾ ਪ੍ਰੋਗਰਾਮ ਸੀਗਾ, ਬਹੁਤ ਸੰਗਤ ਪਹੁੰਚੀ ਆਪਣਾ ਆਨੰਦਪੁਰ ਸਾਹਿਬ, ਅਤੇ ਬਹੁਤ ਲੋਕਾਂ ਦੇ ਵਿੱਚ ਸ਼ਰਧਾ ਦੇਖੀ ਅਸੀਂ ਰਸਤੇ ਦੇ ਵਿੱਚ, ਥਾਂ ਥਾਂ 'ਤੇ ਲੰਗਰ ਲੱਗੇ ਹੋਏ ਸੀਗੇ। ਸੋ ਇਹ ਗੁਰੂ ਦੇ ਰੰਗ ਨੇ, ਸਾਰਿਆਂ ਨੂੰ ਆਨੰਦ ਲੈਣਾ ਚਾਹੀਦਾ ਅਤੇ ਸੁੱਖ ਸਬੀਲੀ, ਕੋਈ ਵੀ ਦਿਨ ਤਿਉਹਾਰ ਆ ਸੁੱਖ ਸਬੀਲੀ ਮਨਾਉਣੇ ਚਾਹੀਦੇ ਨੇ, ਲੜਾਈਆਂ ਝਗੜਿਆਂ ਤੋਂ ਦੂਰ ਰਹਿ ਕੇ, ਏਕਤਾ ਦੇ ਵਿੱਚ ਬਰਕਤ ਹੈ, ਏਕਾ ਬਣਾ ਕੇ ਰੱਖੋ, ਬਸ ਮੈਂ ਤਾਂ ਇਹੀ ਕਹੂੰਗੀ। ਥੈਂਕ ਯੂ ਸੋ ਮੱਚ, ਥੈਂਕ ਯੂ। ਹਾਂਜੀ ਹਾਂਜੀ, ਪਰਿਵਾਰ ਦੇ ਨਾਲ ਆਏ ਹਾਂ ਜੀ, ਮੱਥਾ ਟੇਕਣਾ ਹੈ, ਸ਼ੁਕਰਾਨਾ ਕਰਨਾ ਹੈ ਮਾਲਕ ਦਾ, ਬਹੁਤ ਕੁਛ ਦਿੱਤਾ ਮਾਲਕ ਨੇ। ਹਾਂਜੀ, ਹਮੇਸ਼ਾ ਹੀ ਬਹੁਤ ਖੁਸ਼ੀ ਮਿਲਦੀ ਹੈ ਜੀ, ਅਤੇ ਜਦੋਂ ਪਰਿਵਾਰ ਦੇ ਨਾਲ ਮੈਂ ਆਈਏ, ਖੁਸ਼ੀਆਂ ਨਾਲ ਆਈਏ, ਫਿਰ ਹੋਰ ਵੀ ਜ਼ਿਆਦਾ ਖੁਸ਼ੀ, ਉਸ ਮਾਲਕ ਨੇ ਸਾਰਾ ਕੁਛ ਬਖਸ਼ਿਆ, ਸੋ ਉਹਦਾ ਸ਼ੁਕਰਾਨਾ ਕਰਨਾ ਬਣਦਾ। ਸੋ ਨਾਲ
ਮਾਤਾ ਜੀ ਆਏ ਨੇ, ਹਸਬੈਂਡ ਆਏ ਨੇ, ਸੋ ਸਾਰਾ ਪਰਿਵਾਰ ਆਇਆ, ਦੀਦੀ ਭਾਅ ਜੀ ਆਏ ਨੇ ਗੁਰਲੇਸ ਦੇ ਵੀ, ਸੋ ਸਾਰੇ ਪਰਿਵਾਰ ਦੇ ਨਾਲ ਆਏ ਹਾਂ, ਬਹੁਤ ਖੁਸ਼ੀ ਵਾਲੀ ਗੱਲ ਹੈ। ਨਵਾਂ ਕੀ ਲੈ ਕੇ ਆ ਰਹੇ ਹੋ? ਨਵੇਂ ਬਹੁਤ ਸਾਰੇ ਪ੍ਰੋਜੈਕਟਸ ਲੈ ਕੇ ਆ ਰਹੇ ਹਾਂ ਜੀ, ਬਹੁਤ ਵਧੀਆ ਵਧੀਆ ਗਾਣੇ ਤੁਹਾਡੇ ਸਾਰਿਆਂ ਦੇ ਲਈ। ਹਾਂਜੀ, ਸਰੋਤਿਆਂ ਨੂੰ ਹੀ ਮੈਸੇਜ ਦੇਣਾ ਚਾਹੁੰਦੇ ਹਾਂ, ਇਸੇ ਤਰ੍ਹਾਂ ਪਿਆਰ ਕਰਦੇ ਰਹੋ ਜਿੱਦਾਂ ਤੁਸੀਂ ਹੁਣ ਤੱਕ ਸਪੋਰਟ ਕਰਦੇ ਹੋ। ਬਸ ਜੀ, ਮੈਂ ਵੀ ਗੁਰਲੇਸ ਉਹਨਾਂ ਦੇ ਨਾਲ ਹੀ ਆਇਆ, ਸਾਰੇ ਪਰਿਵਾਰ ਦੇ ਨਾਲ ਆਏ ਹਾਂ, ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਹਾਂ, ਔਰ ਤੁਹਾਡਾ ਸਾਰਿਆਂ ਦਾ ਥੈਂਕ ਯੂ। ਹਮੇਸ਼ਾ ਹੀ ਤੁਸੀਂ ਮੀਡੀਆ ਵਾਲੇ ਜਦੋਂ ਵੀ ਆਉਂਦੇ ਪਹੁੰਚਦੇ ਹਾਂ ਔਰ ਕਵਰ ਕਰਦੇ ਹਾਂ ਤੁਸੀਂ, ਥੈਂਕ ਯੂ ਤੁਹਾਡਾ ਸਾਰਿਆਂ ਦਾ।